Audio Jungle. ਕੀ ਕਹਿਣਾ ਚਾਹੁੰਦੇ ਹੋ ਜਿਵੇਂ ਹੁਣ ਤੁਸੀਂ ਕਾਫਲਾ ਲੈ ਕੇ ਜਾ ਰਹੇ ਹੋ? ਅਸੀਂ ਦੇਖੋ, ਮੈਂ ਦਲਜੀਤ ਸਿੰਘ ਸਵੈਜ ਪਿੰਡ ਲੋਹੜੀ ਕਲਾਂ ਤੋਂ, ਅੱਜ ਅਸੀਂ ਸਰ ਰਜਿੰਦਰ ਸਿੰਘ ਜੀ ਬੈਨੀਪਾਲ ਉਹਨਾਂ ਦੀ ਅਗਵਾਹੀ ਦੇ ਵਿੱਚ ਫੰਨੇ ਤੋਂ ਵੱਡਾ ਕਾਫਲਾ ਜਿਸ ਤਰ੍ਹਾਂ ਦੱਸਿਆ ਗਿਆ ਗੱਡੀਆਂ ਦਾ ਲੈ ਕੇ ਜਾ ਰਹੇ ਹਾਂ। ਸੋ ਇਹ ਕਾਫਲਾ ਜੋ ਪਿਛਲੇ ਦਿਨੀ 26 ਜਨਵਰੀ ਤੋਂ ਲੈ ਕੇ 27-28 ਤੱਕ ਜੋ ਘਟਨਾਵਾਂ ਹੋਈਆਂ, ਮੰਦਭਾਗੀਆਂ ਘਟਨਾਵਾਂ ਹੋਈਆਂ, ਉਹ ਅਸੀਂ ਕੰਡੈਮ ਕੀਤੀਆਂ। ਅਤੇ ਉਹ ਸ਼ਾਂਤੀ, ਉੱਥੇ ਅਸ਼ਾਂਤੀ ਹੋਈ ਸੀ, ਦੁਬਾਰਾ ਪੰਜਾਬ ਦੇ ਵਿੱਚੋਂ ਸ਼ਾਂਤੀ ਦਾ ਸੁਨੇਹਾ, ਔਰ ਇਸ ਦੇ ਨਾਲ ਨਾਲ ਹਿੰਦੂ ਸਿੱਖ ਏਕਤਾ ਦਾ ਸੁਨੇਹਾ, ਔਰ ਜੋ ਲਹਿਰ ਕਿਸਾਨੀ ਦੀ ਲਹਿਰ ਚੱਲਦੀ ਹੈ ਨਾ, 5 ਮਹੀਨਿਆਂ ਤੋਂ 4.5 ਮਹੀਨੇ ਕੋਈ ਲਹਿਰ ਚੱਲਦੀ ਆ, ਉਹਨਾਂ ਨੂੰ ਸਾਡੇ ਖੰਨੇ ਦੇ ਵਿੱਚੋਂ, ਆਲੇ ਦੁਆਲੇ ਜ਼ਿਲ੍ਹੇ ਦੇ ਵਿੱਚ, ਪੰਜਾਬ ਦੇ ਵਿੱਚੋਂ ਸਾਰੇ ਵੀਰਾਂ ਦਾ, ਸਾਰੇ ਧਰਮਾਂ ਦਾ ਬਹੁਤ ਵਧੀਆ ਸਹਿਯੋਗ ਮਿਲ ਰਿਹਾ। ਦੇਖੋ ਹੁਣ ਜੋ ਇੱਥੇ ਲੜਾਈ ਨਾ ਹੋ ਗਈ, ਜੋ ਕਿਸਾਨਾਂ ਦੇ ਕਾਲੇ ਕਾਨੂੰਨ ਤਾਂ ਵਾਪਸ ਹੋਣੇ, ਇਹਦੇ ਕੋਈ ਸ਼ੱਕ ਨਹੀਂ, ਉਹਨਾਂ ਚਿਰ ਅਸੀਂ ਉੱਠਣਾ ਹੀ ਨਹੀਂ, ਆਉਣਾ ਹੀ ਨਹੀਂ। ਜੋ MSP ਲੀਗਲ ਡਾਕੂਮੈਂਟ ਬਣੂ ਔਰ 3 ਕਾਲੇ ਕਾਨੂੰਨ ਰੱਦ ਹੋਣਗੇ। ਹੁਣ ਪਤਾ, ਇੱਕ ਪਾਸੇ ਡੈਮੋਕ੍ਰੇਸੀ ਆ ਸਾਡੇ ਦੇਸ਼ ਦੀ ਡੈਮੋਕ੍ਰੇਸੀ ਆ, ਔਰ ਦੂਜੇ ਪਾਸੇ ਤਾਨਾਸ਼ਾਹੀ ਆ। ਕੁਛ ਇੱਕ BJP ਦੇ ਲੋਕ ਤਾਨਾਸ਼ਾਹੀ ਰਵੱਈਆ ਸਮੇਤ ਪ੍ਰਧਾਨ ਮੰਤਰੀ ਬਣੀ ਬੈਠੇ ਆ, ਔਰ ਇੱਕ ਪਾਸੇ ਦੇਖੋ ਡੈਮੋਕ੍ਰੇਸੀ ਆ। ਲੱਖਾਂ ਲੋਕ ਉੱਥੇ ਪੰਜਾਬ ਤੋਂ, ਹਰਿਆਣੇ ਤੋਂ, UP ਤੋਂ, ਅਤੇ ਈਵਨ ਇੱਥੋਂ ਉੱਤਰਾਖੰਡ ਤੋਂ ਹੋ ਗਿਆ, ਰਾਜਸਥਾਨ ਤੋਂ ਹੋ ਗਏ, ਸ਼ਾਂਤਮਈ ਢੰਗ ਦੇ ਨਾਲ ਮਾਵਾਂ ਭੈਣਾਂ ਬੈਠੀਆਂ, ਔਰ ਲੋਕ ਮਰ ਰਹੇ ਆ, ਉਹ ਤਾਨਾਸ਼ਾਹ ਮਰਾ ਰਹੇ ਆ, ਔਰ ਡੈਮੋਕ੍ਰੇਸੀ ਦੇ ਲੋਕ ਪੁਰਅਮਨ ਢੰਗ ਦੇ ਨਾਲ, ਸ਼ਾਂਤੀ ਦੇ ਨਾਲ ਇਹ ਲੜਾਈ ਆ, ਜੋ ਲਹਿਰ ਆ ਸਾਰੀ ਦੁਨੀਆ ਦੇ ਵਿੱਚ ਚੱਲਦੀ ਆ, ਉਹਨੂੰ ਅਸੀਂ ਜਿੱਤਣਾ, ਡੈਮੋਕ੍ਰੇਸੀ ਦੀ ਜਿੱਤ ਕਰਾਉਣੀ ਆ। ਮੈਂ ਤੁਹਾਡੇ ਜ਼ਰੀਏ ਇਹ ਵੀ ਕਹੂੰ, BJP ਦੇ ਜੋ ਲੋਕਲ ਲੀਡਰ ਆ ਜਾਂ ਜੋ ਸਟੇਟ ਲੀਡਰ ਆ, ਜੋ ਜੀ ਇੱਕ ਵਧੀਆ ਦੇਸ਼, ਵਧੀਆ ਸਟੇਟ, ਵਧੀਆ ਮਾਹੌਲ, ਵਧੀਆ ਘਰਾਂ ਦੇ ਵਿੱਚ ਅਸੀਂ ਇਸ ਅੰਦੋਲਨ ਨੂੰ ਜਿੱਤ ਕੇ ਆਵਾਂਗੇ, ਕਾਲੇ ਕਾਨੂੰਨ ਹਰ ਹਾਲਤ ਰੱਦ ਕਰਾਵਾਂਗੇ, ਔਰ MSP ਲੀਗਲ ਡਾਕੂਮੈਂਟ ਬਣਾਵਾਂਗੇ। ਮੈਂ ਤੁਹਾਨੂੰ ਵੀ ਇਹੀ ਕਹੂੰਗਾ ਵੀ ਆਓ ਸਾਰੇ ਆਪਾਂ ਘਰੋਂ ਘਰੋਂ ਉੱਠ ਕੇ, ਜਾਤ ਪਾਤ ਤੋਂ ਉੱਪਰ ਉੱਠ ਕੇ ਉੱਥੇ ਬੈਠੇ ਸਾਡੇ ਕਿਸਾਨ ਮਜ਼ਦੂਰ ਵੀਰ ਆ, ਉਹਨਾਂ ਦਾ ਸਾਥ ਦਈਏ, ਆਪਣਾ ਆਪਣ ਦੇਸ਼ ਨੂੰ ਇੱਕ ਲੋਕਤੰਤਰ, ਦੁਨੀਆ ਦੇ ਵਿੱਚ ਲੋਕਤੰਤਰ ਨੂੰ ਚੜ੍ਹਦੀ ਕਲਾ ਵਿੱਚ, ਔਰ ਤਿਰੰਗੇ ਝੰਡੇ ਨੂੰ ਉੱਪਰ ਪਹੁੰਚਾਈਏ, ਔਰ ਕਿਸਾਨੀ ਝੰਡਾ, ਜੋ ਕਿਸਾਨੀ ਝੰਡਾ ਅੱਜ ਲੋਕ ਲਹਿਰ ਬਣ ਗਈ, ਲੋਕਾਂ ਦੇ ਦਿਲਾਂ 'ਚ ਹੋ ਗਿਆ, ਪਿੰਡ ਪਿੰਡ ਦੇਖੋ। ਬਹੁਤੀਆਂ ਗੱਲਾਂ ਨਹੀਂ ਕਰਨਾ ਚਾਹੁੰਦਾ, ਗੱਲਾਂ ਬਸ ਦੋ ਹੀ ਕਰਨੀਆਂ ਚਾਹੁੰਦਾ, ਕਿਉਂਕਿ ਮੈਂ ਬਾਹਲਾ ਸਿਆਣਾ ਨਹੀਂ। ਕਹਿੰਦਾ ਪੈਂਦੇ ਰਹਿਣਗੇ ਗਲਾਂ ਵਿੱਚ ਪਰਨੇ, ਲੱਗਦੇ ਰਹਿਣਗੇ ਰਾਹਾਂ ਵਿੱਚ ਧਰਨੇ, ਸਾਡੇ ਨਾਲ ਧੋਖਾ ਇਹ ਕਿਸੇ ਦੀ ਸ਼ੈਤਾਨੀ ਹੈ, ਦੇਸ਼ ਨੂੰ ਪਾਲਣ ਵਾਲੀ ਸੁੱਖ ਮੰਗ ਰਹੀ ਰਹਿਮ ਕਿਸਾਨੀ ਹੈ, ਹੱਕ ਮੰਗਿਆ ਸੀ ਕਹਿੰਦੇ ਕਰਦੇ ਵਪਾਲ, ਰੰਬੇ ਕਹੀ ਦਾਤੀਆਂ ਹੁਣ ਕਰਦੇ ਸਵਾਲ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਸਾਡਾ ਪ੍ਰੋਗਰਾਮ ਹੈ ਜੀ, ਅਸੀਂ ਸ਼ੁਰੂ ਤੋਂ ਜਿਵੇਂ ਜਾ ਰਹੇ ਹਾਂ, ਅੱਜ ਅਸੀਂ ਕਾਰਾਂ ਦਾ ਕਾਫਲਾ ਲੈ ਕੇ ਜਾ ਰਹੇ ਹਾਂ। ਕੱਲ੍ਹ ਅਸੀਂ ਅਮਲੋਹ ਤੋਂ ਕਾਰਾਂ ਭੇਜੀਆਂ ਸੀ, ਤਕਰੀਬਨ 100 ਕਾਰ ਦੇ ਨੇੜੇ। ਅੱਜ ਵੀ ਅਮਲੋਹ ਹਲਕੇ ਤੋਂ, ਗੋਬਿੰਦਗੜ੍ਹ ਹਲਕੇ ਤੋਂ ਵੀ 50-60 ਕਾਰਾਂ ਨੇ ਜਿਹੜੀਆਂ ਸਾਨੂੰ ਗੋਬਿੰਦਗੜ੍ਹ ਚੌਕ 'ਚ ਮਿਲਣਗੀਆਂ। ਇੱਥੋਂ ਵੀ ਸਾਡੀਆਂ ਤਕਰੀਬਨ 50-60 ਕਾਰਾਂ ਇੱਥੋਂ ਹੋ ਜਾਣੀਆਂ। ਕਾਰਾਂ ਦਾ ਕਾਫਲਾ ਲੈ ਕੇ ਜਾ ਰਹੇ ਹਾਂ ਜਿਵੇਂ ਜਿਵੇਂ ਉੱਥੇ, ਕਿਉਂਕਿ 26 ਤਰੀਕ ਨੂੰ ਜਿਹੜਾ ਉੱਥੇ ਹੁੱਲੜਬਾਜ਼ੀ ਕਰਵਾਈ ਹੈ ਸਰਕਾਰ ਨੇ ਸਾਰਾ ਕੁਝ ਕਰਵਾਇਆ, ਉਹ ਕਰਵਾਉਣ ਤੋਂ ਬਾਅਦ ਜਿਹੜਾ ਰਸ਼ ਘਟਿਆ ਸੀ, ਹੁਣ ਉੱਥੇ ਆਏ ਹਾਂ ਵੀ ਰਸ਼ ਦਾ ਕੋਈ ਅੰਤ ਨਹੀਂ ਰਿਹਾ, ਇੰਨਾ ਹੋ ਗਿਆ। ਪਰ ਕਾਰਾਂ 'ਤੇ ਅਸੀਂ ਜਿਵੇਂ ਪ੍ਰੋਗਰਾਮ ਬਣਾਇਆ ਹੋਇਆ ਸੀ ਤਾਂ ਜਾ ਰਹੇ ਹਾਂ, ਜਿੱਥੇ ਅਸੀਂ ਟਰਾਲੀਆਂ 2-2, 4-4 ਰੋਜ਼ ਭੇਜਦੇ ਹਾਂ, ਅੱਜ ਅਸੀਂ ਕਾਰਾਂ ਦਾ ਪ੍ਰੋਗਰਾਮ ਹੈ ਸਾਡਾ, ਕਾਰਾਂ ਦਾ ਕਾਫਲਾ ਲੈ ਕੇ ਜਾ ਰਹੇ ਹਾਂ। ਅਤੇ ਅਗਲਾ ਪ੍ਰੋਗਰਾਮ ਕੀ ਹੋਏਗਾ? ਅਗਲਾ ਪ੍ਰੋਗਰਾਮ ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ, ਆਹੀ ਕੁਛ ਚੱਲੀ ਜਾਣਾ, ਇੱਥੋਂ ਚੱਲੀ ਜਾਣਾ ਸਾਰੇ ਪੰਜਾਬ ਦੇ ਵਿੱਚ, ਕਿਉਂਕਿ ਪਿੰਡ ਪਿੰਡ ਫਿਰ ਕੇ ਅਸੀਂ ਲੋਕਾਂ ਨੂੰ ਜਾਗਰੂਕ ਕੀਤਾ, ਲੋਕ ਜਾਗਰੂਕ ਹੋਏ ਦੁਬਾਰਾ। ਹੁਣ ਤਾਂ ਅਸੀਂ ਐਂ ਸਮਝਦੇ ਹਾਂ ਵੀ ਉੱਥੇ ਇੰਨਾ ਅਨੁਸ਼ਾਸਨ ਨਾਲ, ਇੰਨਾ ਡਿਸਿਪਲਨ ਨਾਲ ਜਿਹੜਾ ਧਰਨਾ ਚੱਲ ਰਿਹਾ, ਪਹਿਲਾਂ ਜਿਹੜੀ ਸਰਕਾਰ ਨੇ ਵਿੱਚ ਮਾੜਾ ਮੋਟਾ ਜੀ ਮੈਲ ਭਰੀ ਸੀ, ਲੋਕ ਉੱਥੇ ਹੁੱਲੜਬਾਜ਼ੀ ਕਰਦੇ ਸੀ, ਉਹ ਵੀ ਨਿਕਲ ਗਈ। ਹੁਣ ਤਾਂ ਕਾਨੂੰਨ ਜਿੰਨਾ ਚਿਰ ਰੱਦ ਨਹੀਂ ਹੁੰਦੇ, ਉਹਨਾਂ ਚਿਰ ਆਹੀ ਕੁਛ ਚੱਲੀ ਜਾਣਾ, ਲਗਾਤਾਰ ਇਸੇ ਤਰ੍ਹਾਂ ਜਾਈ ਜਾਵਾਂਗੇ। ਪਿੰਡਾਂ ਪਿੰਡਾਂ ਦੇ ਵਿੱਚ ਤੁਸੀਂ ਦੇਖਦੇ ਹੋ ਵੀ ਕਿੰਨਾ ਲੋਕਾਂ ਦੇ ਵਿੱਚ ਜੋਸ਼ ਹੈ, ਸਾਰੇ ਪਿੰਡਾਂ ਦੇ ਵਿੱਚ ਅਨਾਊਂਸਮੈਂਟਾਂ ਹੋ ਗਈਆਂ, ਅਸੀਂ ਪਿੰਡ ਪਿੰਡ ਫਿਰ ਕੇ ਲੋਕਾਂ ਨੂੰ ਜਾਗਰੂਕ ਕੀਤਾ, ਇਸੇ ਤਰ੍ਹਾਂ ਜਾਵਾਂਗੇ। ਹਾਂਜੀ, ਰੋਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਖੰਨੇ ਰੇਲਵੇ ਸਟੇਸ਼ਨ ਦੇ ਉੱਤੋਂ ਭਾਰੀ ਗਿਣਤੀ ਦੇ ਵਿੱਚ ਕਾਰਾਂ ਲੈ ਕੇ ਇੱਕ ਕਾਫਲਾ ਦਿੱਲੀ ਨੂੰ ਜਾ ਰਹੇ ਹਾਂ, ਕਿਉਂਕਿ ਦਿੱਲੀ ਦੀ ਸਰਕਾਰ ਨੇ 28 ਔਰ 27 ਤਰੀਕ ਨੂੰ ਜੋ BJP ਦੇ ਗੁੰਡਿਆਂ ਤੋਂ, ਜੋ BJP ਦੇ ਗੁੰਡਿਆਂ ਨੇ ਪੁਲਿਸ ਦੀਆਂ ਵਰਦੀਆਂ ਪਾ ਕੇ ਸਾਡੇ ਤੰਬੂਆਂ ਦੇ ਉੱਤੇ ਅਟੈਕ ਕਰਿਆ, ਬੰਬ ਸਿੱਟਿਆ, ਉਹਦੀ ਮੈਂ ਨਿੰਦਿਆ ਕਰਦਾ। ਉਹਨਾਂ ਬੰਦਿਆਂ ਨੂੰ ਅਸੀਂ ਦੱਸਣ ਜਾ ਰਹੇ ਹਾਂ, ਮੈਂ ਇੱਕ ਗੱਲ ਦੱਸਣੀ ਚਾਹੁੰਦਾ, ਸਾਡੇ ਪਿੰਡਾਂ ਦੇ ਵਿੱਚ ਇੰਨਾ ਉਤਸ਼ਾਹ, ਲੋਕਾਂ ਨੇ ਮਤੇ ਪਾ ਕੇ, ਖੰਨੇ ਇਲਾਕੇ ਦੇ 50 ਪਿੰਡਾਂ ਨੇ ਮਤੇ ਪਾ ਕੇ ਉਹਨਾਂ ਨੂੰ ਭੇਜ ਦਿੱਤੇ ਨੇ। ਹਰ ਪਿੰਡ 'ਚੋਂ 2 ਟਰਾਲੀਆਂ ਜਾਂਦੀਆਂ ਨੇ, 5 ਬੰਦੇ
ਉੱਥੇ ਜਾਣੀ ਮਤਲਬ ਗੱਡੀਆਂ ਦੇ ਵਿੱਚ ਛੱਡ ਕੇ ਆਇਆ ਕਰਨਗੇ, ਲੈ ਕੇ ਆਇਆ ਕਰਨਗੇ। ਪੱਕੀਆਂ ਟਰਾਲੀਆਂ ਲੱਗ ਗਈਆਂ, ਲੱਖਾਂ ਦੀ ਤਾਦਾਦ 'ਚ ਉੱਥੇ ਸੰਗਤ ਪਹੁੰਚ ਰਹੀ ਆ। ਇਕੱਠ ਅੱਗੇ ਨਾਲੋਂ ਵੀ ਬਹੁਤ ਜ਼ਿਆਦਾ ਵੱਧ ਜਾਣਾ ਹੈ। ਇਹ ਸਾਡਾ ਮੋਰਚਾ ਬੜੇ ਉੱਚੇ ਪੱਧਰ 'ਤੇ ਚੱਲਿਆ ਗਿਆ। ਅਸੀਂ ਬੜੇ ਸ਼ਾਂਤਮਈ ਢੰਗ ਨਾਲ ਮੋਰਚਾ ਚਲਾ ਰਹੇ ਹਾਂ। ਮੋਦੀ ਸਰਕਾਰ ਨੂੰ ਅਸੀਂ ਜਿੰਨਾ ਚਿਰ ਕਾਲੇ ਕਾਨੂੰਨ ਵਾਪਸ ਨਹੀਂ ਹੋਣਗੇ ਉਨਾ ਚਿਰ ਅਸੀਂ ਵਾਪਸ ਨਹੀਂ ਆਵਾਂਗੇ। ਮੇਰਾ ਇੱਕ ਮੈਂ ਮੋਦੀ ਸਰਕਾਰ ਨੂੰ ਹੋਰ ਕਹਿਣਾ ਚਾਹੁੰਦਾ ਵੀ ਸਾਡੇ ਤਕਰੀਬਨ 170 ਨੌਜਵਾਨ 18-18 ਸਾਲ ਦੇ ਬੱਚੇ ਸ਼ਹੀਦ ਹੋ ਗਏ, ਪਰ ਇੱਥੋਂ ਦੀ ਸਰਕਾਰ ਇੰਨੀ ਬੋਲੀ ਆ, ਹਿਟਲਰ ਸਰਕਾਰ ਆ, ਅਜਲਾਸ ਚੱਲਦਾ ਲੋਕ ਸਭਾ ਦਾ, ਉਹਦੇ ਵਿੱਚ ਇੱਕ ਵੀ ਅਫਸੋਸ ਨਹੀਂ ਜਚਾਇਆ ਕਿਸੇ ਵੀ ਮੰਤਰੀ ਨੇ ਆਪਣੀ ਮੂੰਹ ਦੇ ਵਿੱਚੋਂ। ਮਤਲਬ ਇਹ ਨਹੀਂ ਕਿਹਾ ਵੀ ਮਾੜਾ ਕੰਮ ਹੋਇਆ। ਇਹ ਕੋਈ ਧਰਮ ਦੀ ਲੜਾਈ ਨਹੀਂ, ਕੋਈ ਹਿੰਦੂ ਸਿੱਖ ਦੀ ਲੜਾਈ ਨਹੀਂ, ਇਹ ਜਿਹੜੀ ਲੜਾਈ ਆ ਮਤਲਬ ਕਿਸਾਨਾਂ ਦੀ ਲੜਾਈ ਆ, ਅੰਨ ਦੀ ਲੜਾਈ ਆ, ਪੇੜ ਦੀ ਲੜਾਈ ਆ, ਸਾਡੇ ਬੱਚਿਆਂ ਦੇ ਫਿਊਚਰ ਦੀ ਲੜਾਈ ਆ, ਅਸੀਂ ਉਹ ਲੜਾਈ ਲੜ ਰਹੇ ਹਾਂ। ਮਤਲਬ ਬੜੇ ਦੁੱਖ ਦੀ ਗੱਲ ਆ, ਇੱਥੋਂ ਦੀ ਸਰਕਾਰ ਨੇ ਇੱਕ ਵਾਰੀ ਵੀ ਦੁੱਖ ਪ੍ਰਗਟ ਨਹੀਂ ਕਰਿਆ, ਕਿਸੇ ਵੀ ਹੋਰ ਮਤਲਬ ਪੋਲੀਟੀਕਲ ਪਾਰਟੀ ਦੇ ਬੰਦਿਆਂ ਨੇ ਵੀ ਦੁੱਖ ਨਹੀਂ ਪ੍ਰਗਟ ਕਰਿਆ। ਜਿਵੇਂ ਸੁਖਬੀਰ ਬਾਦਲ ਉਹਨਾਂ ਨੇ, ਉਹਨਾਂ ਦਾ ਤਾਂ ਫਰਜ਼ ਬਣਦਾ ਸੀ ਵੀ ਇੰਨੇ ਬੰਦੇ ਸ਼ਹੀਦ ਹੋਏ ਨੇ ਵੀ ਸਾਨੂੰ ਦੁੱਖ ਹੋਇਆ। ਮੇਰਾ ਉਹਨਾਂ ਸ਼ਹੀਦਾਂ ਮੂਹਰੇ ਸਿਰ ਝੁਕਦਾ, ਹਮੇਸ਼ਾ ਸਿਰ ਝੁਕਦਾ ਰਹੂ, ਜਿਨ੍ਹਾਂ ਨੇ ਅੰਨਦਾਤੇ ਦੇ ਅੰਦੋਲਨ ਦੇ ਵਿੱਚ ਸ਼ਹੀਦੀ ਦਿੱਤੀ ਹੈ। ਹੁਣ ਅੱਗੇ ਜੋ ਵੀ ਪਾਰਟੀਆਂ ਸਾਨੂੰ ਪ੍ਰੋਗਰਾਮ ਦੇਣਗੀਆਂ, ਕਿਵੇਂ ਕਿਵੇਂ ਪ੍ਰੋਗਰਾਮ ਦੇਣਗੀਆਂ, ਇਸ ਅੰਦੋਲਨ ਨੂੰ ਹੋਰ ਉੱਚਾ ਕਰਾਂਗੇ ਤਾਂ ਜੋ ਇੱਥੋਂ ਦੀ ਸਰਕਾਰ ਫੈਸਲਾ ਕਰਨ ਲਈ ਮਜਬੂਰ ਹੋ ਜਾਵੇ।